ਨਰਸਿੰਗ ਹੋਮ ਦੇ ਪ੍ਰੋਟੈਸਟ ਕੀਤਾ ਗਿਆ, ਬੱਚੇ ਨੂੰ ਲੈ ਕੇ ਕੀ ਮੈਟਰ ਹੈਗਾ ਸਾਰਾ? ਸਾਰਾ ਇਨਵੈਸਟੀਗੇਸ਼ਨ ਕਰ ਰਹੇ ਹਾਂ, ਕੀ ਇਨਵੈਸਟੀਗੇਟ ਕਰ ਰਹੇ ਹਾਂ। ਹੁਣ ਪਬਲਿਕ ਕਹਿ ਰਹੀ ਹੈ ਵੀ ਮਤਲਬ ਇਹਨਾਂ ਦੇ ਲਾਭ ਕਮਾਈ ਵਾਲੇ ਟੈਸਟਿੰਗ ਹੋਈ ਆ, ਹੁਣ ਇਨਵੈਸਟੀਗੇਟ ਕਰ ਰਹੇ ਹਾਂ, ਅਸੀਂ ਦੇਖਦੇ ਹਾਂ। ਬਾਕੀ ਸਾਡੇ ਐਸ ਐਚ ਓ ਸਾਹਿਬ ਵੀ ਅਫਸਰ ਹੋਣਗੇ, ਉਹਨਾਂ ਨਾਲ ਡਿਸਕਸ ਕਰਕੇ ਜੋ ਵੀ ਗੱਲ ਤਫਤੀਸ਼ ਹੋਊਗੀ। ਕਿ ਐਲੀਗੇਸ਼ਨ ਕੀ ਹੈਗੇ ਨੇ ਇਹਨਾਂ ਦੇ ਪਰਿਵਾਰ ਵਾਲਿਆਂ ਦਾ? ਪਰਿਵਾਰ ਵਾਲੇ ਤਾਂ ਸਾਹਮਣੇ ਖੜੇ ਸਨ। ਇਹਨੇ ਕੀ ਐਲੀਗੇਸ਼ਨ ਲਗਾਇਆ? ਤੁਹਾਨੂੰ ਕੰਪਲੇਂਟ ਲਿਖਾਈ ਹੈ, ਕੀ ਲਿਖਾਈ ਹੈ ਇਹਨਾਂ ਨੇ? ਕੰਪਲੇਂਟ ਲਿਖਦਾ ਜੀ, ਉਹ ਪੜ੍ਹ ਕੇ ਦੱਸ ਦਿੰਦੇ ਲਿਖਾਈ। ਮੈਨੂੰ 9 ਮਹੀਨੇ ਹੋਏ ਲਈ ਆਪਣੀ ਬਹੂ ਦੀ ਇਹਨਾਂ ਪ੍ਰੀਤ ਵਾਲਿਆਂ ਕੋਲ ਟ੍ਰੀਟਮੈਂਟ ਕਰਵਾਉਂਦੇ ਨੇ। ਅੱਜ ਕੀ ਹੋਇਆ? ਮੈਂ ਕੱਲ ਲੈ ਕੇ ਭੇਜਿਆ ਸੀ ਬੱਚਿਆਂ ਨੂੰ, ਆਪਣੇ ਨੂੰ, ਆਪਣੇ ਬੇਟੇ ਨੂੰ ਵੀ ਤੇ ਨੂੰਹ ਨੂੰ ਵੀ। ਤੇ ਇਹਨਾਂ ਨੇ ਸਾਨੂੰ ਟਾਈਮ ਦਿੱਤਾ ਵੀ ਅਜੇ 2-4 ਦਿਨ ਲੱਗਣਗੇ, ਵੀ ਅਸੀਂ 9 ਮਹੀਨੇ ਪੂਰੇ ਹੋ ਗਿਆ। ਕੋਈ ਗੱਲ ਨਹੀਂ, 1-2 ਦਿਨ ਉੱਪਰ ਹੋ ਵੀ ਜਾਂਦੇ ਨੇ। ਅਸੀਂ ਆਪਣੇ ਘਰੇ ਚਲੇ ਗਏ ਜੀ। ਅੱਜ ਸਵੇਰੇ ਸਾਡੀ ਬਹੂ ਦੀ ਫਿਰ ਤਬੀਅਤ ਖਰਾਬ ਹੋਈ, ਉਹਨੂੰ ਦਰਦਾਂ ਉੱਠੀਆਂ। ਅਸੀਂ ਸਵੇਰੇ 7 ਵਜੇ 7:15 ਵਜੇ ਦੇ ਕਰੀਬ ਪ੍ਰੀਤ ਹੋਸਪਿਟਲ ਲੈ ਕੇ ਆਪਣੇ ਬੱਚੇ ਨੂੰ ਆ ਗਏ। ਉਸ ਤੋਂ ਬਾਅਦ ਜਦੋਂ ਅਸੀਂ 7:15 ਵਜੇ 7:30 ਵਜੇ ਆਏ ਹਾਂ, ਅਤੇ ਸਾਡੀ ਨੂੰਹ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਸੀ ਅਤੇ ਉਹ ਦਰਦਾਂ ਨਾਲ ਤੜਫਦੀ ਸੀ। ਉਹ ਨਿੱਕੀਆਂ ਨਿੱਕੀਆਂ ਨਰਸਾਂ ਜਿਹੜੀਆਂ ਇਹਨਾਂ ਨੇ ਰੱਖੀਆਂ ਹੋਈਆਂ ਨੇ, ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਆਪਣੇ ਡਾਕਟਰ ਸਾਹਿਬ ਨੂੰ, ਮੇਨ ਡਾਕਟਰ ਨੂੰ ਬੁਲਾਓ, ਜਿਹਦੇ ਕੋਲੋਂ 9 ਮਹੀਨੇ ਟ੍ਰੀਟਮੈਂਟ ਚੱਲਦੀ ਪਈ। ਉਹਨਾਂ ਨੇ ਕਿਹਾ ਵੀ ਉਹ 11:30 ਤੋਂ ਪਹਿਲਾਂ ਉਹ ਨਹੀਂ ਆ ਸਕਦੇ। ਅਸੀਂ ਕਿਹਾ ਫਿਰ ਅਸੀਂ ਕਿਤੇ ਹੋਰ ਲੈ ਜਾਈਏ, ਅਤੇ ਉਹਨਾਂ ਦੇ ਜਵਾਬ ਸੀਗਾ ਨਹੀਂ, ਕਿਤੇ ਹੋਰ ਲਿਜਾਣ ਦੀ ਲੋੜ ਨਹੀਂ, ਵੀ ਤੁਹਾਡਾ ਬੱਚਾ ਤਾਂ ਬਿਲਕੁਲ ਠੀਕ ਹੈ, ਨੋਰਮਲ ਕੇਸ ਹੈ, ਘਬਰਾਉਣ ਵਾਲੀ ਕੋਈ ਗੱਲ ਨਹੀਂ। ਅਸੀਂ ਮੈਡਮ ਨਾਲ ਗੱਲ ਹੋ ਗਈ ਹੈ ਸਾਡੀ ਫੋਨ 'ਤੇ, ਉਹ ਕਹਿੰਦੇ ਵੀ ਇਹਨਾਂ ਨੂੰ ਦਾਖਲ ਕਰ ਲਓ ਸਾਡੇ ਕੋਲ। ਇਹਨਾਂ ਨੇ ਪੈਸੇ ਜਮ੍ਹਾਂ ਕਰਵਾ ਲਏ ਅਤੇ ਪੈਸੇ ਜਮ੍ਹਾਂ ਕਰਵਾ ਕੇ ਬੱਚਾ ਸਾਡਾ ਦਾਖਲ ਕਰ ਲਿਆ। ਬੱਚਾ ਦਾਖਲ ਕਰਨ ਤੋਂ ਬਾਅਦ 10:09, 10:11 ਪਰ ਮੈਡਮ ਵੱਡੀ ਡਾਕਟਰ ਨਹੀਂ ਆਈ। ਜਦੋਂ 11:30 ਤਿਆਰ ਹੋ ਕੇ ਇਹ ਆਪਣੇ ਆਈ ਹੈ ਅਤੇ ਆਪਣੀ ਸੀਟ 'ਤੇ ਬੈਠੀ ਹੈ, ਅਸੀਂ ਇਹਨੂੰ ਕਿਹਾ ਵੀ ਮੈਡਮ ਜੀ ਦਵਾ ਸਾਡੀ ਐਮਰਜੈਂਸੀ 'ਚ ਵੇਖੋ, ਸਾਡੀ ਬੱਚੀ ਬਹੁਤ ਜ਼ਿਆਦਾ ਸੀਰੀਅਸ ਹੈ। ਅਤੇ ਉਹ ਕਹਿ ਅੰਦਰ ਗਈ ਹੈ, ਢਿੱਡ ਨੂੰ ਹੱਥ ਲਾ ਕੇ ਬਾਹਰ ਆ ਗਈ, ਕਹਿਣ ਲੱਗੀ ਘਬਰਾਓ ਨਾ, ਬੱਚਾ ਬਿਲਕੁਲ ਨੋਰਮਲ ਹੈ, ਬੱਚੇ ਦੀ ਬੀਪੀ ਬਿਲਕੁਲ ਸਹੀ ਹੈ, ਸਭ ਕੁਝ ਸਹੀ ਹੈ, ਬੱਚਾ ਤੁਹਾਡਾ ਨੋਰਮਲ ਹੈ, ਨਾਰਮਲ ਕੇਸ ਹੈ, ਵੀ 1-2 ਘੰਟੇ ਬਾਅਦ ਤੁਹਾਡਾ ਬੱਚਾ, ਤੁਹਾਡੀ ਬਹੂ ਫ੍ਰੀ ਹੋ ਜਾਏਗੀ, ਦਰਦਾਂ ਸ਼ੁਰੂ ਨੇ। ਇੰਨਾ ਕਹਿ ਕੇ ਦੁਬਾਰਾ ਆਪਣੀ ਸੀਟ 'ਤੇ ਆ ਕੇ ਬਹਿ ਗਈ, ਬਹਿ ਕੇ ਆਪਣੇ ਪੇਸ਼ੈਂਟ ਵੇਖਣ ਲੱਗ ਪਈ, ਪਰ ਸਾਡੇ ਬੱਚੇ ਵੱਲ ਕੋਈ ਧਿਆਨ ਨਹੀਂ ਦਿੱਤਾ। 2 ਘੰਟੇ ਬਾਅਦ ਫਿਰ ਦੁਬਾਰਾ ਅਸੀਂ ਵੇਖਿਆ ਵੀ ਸਾਡਾ ਬੱਚਾ ਜ਼ਿਆਦਾ ਤੜਫਦਾ ਪਿਆ, ਅਸੀਂ ਫਿਰ ਇਹਦੇ ਮੂਹਰੇ ਫਰਿਆਦ ਕੀਤੀ, ਇਹ ਅੰਦਰ ਗਈ ਹੈ, ਜਾ ਕੇ ਇਹਨੇ ਚੈੱਕਅਪ ਕੀਤਾ ਉਹਨੂੰ, ਦੁਬਾਰਾ ਜਦੋਂ ਚੈੱਕ ਕੀਤਾ ਤਾਂ ਅੰਦਰ ਆ ਕੇ ਸਾਨੂੰ ਕਹਿਣ ਲੱਗੀ ਵਾਹਿਗੁਰੂ ਦਾ ਭਾਣਾ ਵਰਤ ਗਿਆ, ਵੀ ਤੁਹਾਡਾ ਨਾ ਬੱਚੇ ਦੀ ਧੜਕਣ ਬੰਦ ਹੋ ਗਈ ਹੈ, ਮੈਨੂੰ ਲੱਗਦਾ ਵੀ ਬੱਚੇ ਦੀ ਧੜਕਣ ਬੰਦ ਹੋ ਗਈ ਹੈ। ਇਹ ਆਪ ਹੀ ਕਨਫਿਊਜ਼ ਸੀਗੀ, ਕਹਿੰਦੀ ਮੈਨੂੰ ਲੱਗਦਾ ਵੀ ਇਹਦਾ ਆਪਰੇਸ਼ਨ ਕਰਕੇ ਬੱਚੇ ਨੂੰ ਬਾਹਰ ਕੱਢਣਾ ਪਏਗਾ, ਬੱਚਾ ਤੁਹਾਡਾ ਡੈੱਡ ਹੋ ਗਿਆ। ਅਸੀਂ ਬਹੁਤ ਜ਼ਿਆਦਾ ਰੋਸ ਇਹਦੇ ਮੂਹਰੇ ਕੀਤਾ ਵੀ ਭਾਈ ਜੇ ਤੁਸੀਂ 7:30 ਵਜੇ ਦਾ ਅਸੀਂ ਬੱਚੇ ਨੂੰ ਲੈ ਕੇ ਆਉਂਦਾ ਅਤੇ ਤੁਸੀਂ ਸਾਨੂੰ 2-2:30 ਵਜੇ ਤੱਕ ਸਾਨੂੰ ਕੋਈ ਰਿਪੋਰਟ ਨਹੀਂ ਦਿੱਤੀ, ਇਹੀ ਕਹਿੰਦੇ ਰਹੇ ਬੱਚਾ ਠੀਕ ਹੈ, ਬੱਚਾ ਠੀਕ ਹੈ, ਹੁਣ ਤੁਸੀਂ ਕਹਿੰਦੇ ਹੋ ਬੱਚਾ ਡੈੱਡ ਹੋ ਗਿਆ। ਅਤੇ ਸਾਨੂੰ ਇਸ ਗੱਲ ਦਾ ਇਨਸਾਫ਼ ਚਾਹੀਦਾ ਪ੍ਰਸ਼ਾਸਨ ਕੋਲੋਂ, ਅਤੇ ਪ੍ਰੀਤ ਹੋਸਪਿਟਲ ਨੂੰ ਬੰਦ ਕੀਤਾ ਜਾਵੇ, ਪ੍ਰੀਤ ਹੋਸਪਿਟਲ ਦਾ ਲਾਇਸੈਂਸ ਰੱਦ ਕੀਤਾ ਜਾਵੇ, ਅਤੇ ਜਿਹੜੇ ਡਾਕਟਰ ਨੇ ਸਾਨੂੰ ਮਿਸਗਾਈਡ ਕੀਤਾ ਉਸ ਡਾਕਟਰ ਦਾ ਜੋ ਵੀ ਲਾਇਸੈਂਸ ਹੈ ਉਹ ਰੱਦ ਕੀਤਾ ਜਾਵੇ। ਕੀ ਲਾਪਰਵਾਹੀ ਡਾਕਟਰਾਂ ਦੀ ਕਾਫ਼ੀ ਚੱਲ ਰਹੀ ਆ ਰਹੀ ਹੈ, ਪਹਿਲਾਂ ਵੀ ਇਸ ਤੋਂ ਪਹਿਲਾਂ ਵੀ ਹਾਸੇ ਹੋ ਚੁੱਕੇ? ਹਾਂਜੀ, ਇਹਨਾਂ ਪਹਿਲਾਂ ਵੀ ਇੱਥੇ ਸੁਣਿਆ ਜੀ, ਸਾਨੂੰ ਤਾਂ ਪਤਾ ਨਹੀਂ ਕਿਹੜਾ ਉਹ ਮਾੜਾ ਦਿਨ ਸੀ, ਜਿੱਦਣ ਹੀ ਬੱਚੇ ਦੇ ਸਾਡੇ ਦਿਨ ਚੜ੍ਹੇ ਸੀ ਅਸੀਂ ਇੱਥੇ ਪ੍ਰੀਤ ਹੋਸਪਿਟਲ ਲਿਆਉਣਾ ਸ਼ੁਰੂ ਕਰ ਦਿੱਤਾ, ਪਹਿਲੇ ਦਿਨ ਤੋਂ ਹੀ ਇਹਨਾਂ ਕੋਲੋਂ ਟ੍ਰੀਟਮੈਂਟ ਹੋ ਰਹੀ ਹੈ। ਹੁਣ ਕੀ ਮੰਗ ਕਰਦੇ ਤੁਸੀਂ ਅੱਜ? ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਵੀ ਸਾਨੂੰ ਇਨਸਾਫ਼ ਚਾਹੀਦਾ, ਜੇ ਮੈਨੂੰ ਇਨਸਾਫ਼ ਨਾ ਮਿਲਿਆ ਮੈਂ ਕੋਈ ਇੱਥੇ ਅਸੀਂ ਤੋੜ ਭੰਨ ਨਹੀਂ ਕਰਨੀ, ਕੋਈ ਕੁਛ ਨਹੀਂ ਕਰਨਾ, ਮੈਂ ਗਾਂਧੀਵਾਦ ਦੀ ਤੌਰ 'ਤੇ ਚੱਲ ਕੇ ਇੱਥੇ ਭੁੱਖ ਹੜਤਾਲ 'ਤੇ ਮਰਨ ਵਰਤ ਰੱਖਾਂਗਾ, ਅਤੇ ਮੈਂ ਵੇਖਾਂਗਾ ਵੀ ਮੇਰੀ ਸੁਣਾਈ ਹੁੰਦੀ ਹੈ ਕਿ ਨਹੀਂ ਹੁੰਦੀ।